ਹਲਕਾ ਰਾਜਾਸਾਂਸੀ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹਲਕਾ ਰਾਜਾਸਾਂਸੀ ਦੀਆਂ ਪੰਚਾਇਤਾਂ ਅਤੇ ਵੱਡੀ ਗਿਣਤੀ ਵਿੱਚ ਜਿੱਤੇ ਸਰਪੰਚਾਂ ਨੂੰ ਸਨਮਾਨਿਤ ਕੀਤਾ ਗਿਆ। ਸਰਕਾਰੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਲਕੇ ਅਧੀਨ ਆਉਂਦੀਆਂ ਸਾਰੀਆਂ ਪੰਚਾਇਤਾਂ ਕਾਂਗਰਸ ਪਾਰਟੀ ਦੀਆਂ ਬਣੀਆਂ ਹਨ। ਉਹਨਾਂ ਕਿਹਾ ਕਿ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਦਿਲਰਾਜ ਸਿੰਘ ਸਹਿਕਾਰੀਆ, ਮੀਡੀਆ ਸਲਾਹਕਾਰ ਸ਼ੈਲਿੰਦਰਜੀਤ ਸਿੰਘ ਸ਼ੈਲੀ, ਓਐਸਡੀ ਬੂਆ ਸਿੰਘ ਸੰਧੂ, ਗੁਰਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਬਸ ਠੀਕ ਠਾਕ ਚੜ੍ਹਦੀ ਕਲਾ ਕਹੀ ਉਹਨਾਂ ਨੇ ਫੋਨ ਕੀਤਾ ਆਪਾਂ ਨੂੰ, ਬਹੁਤ ਬਹੁਤ ਵਧੀਆ ਧੰਨਵਾਦ ਉਹਨਾਂ ਦਾ। ਇਹ ਪੰਜੂਰਾਂ ਵਾਲੀ ਜੀ ਦਿਲਬਾਲ ਸਿੰਘ, ਗੁਰਮੀਤ ਕੌਰ ਦਿਲਬਾਲ ਸਿੰਘ ਉਹਦਾ ਪਤੀ। ਹਾਂਜੀ ਹਾਂਜੀ, ਬਹੁਤ ਵਿਕਾਸ ਕਰਾਂਗੇ, ਪਿੱਛੋਂ ਜੋ ਜੋ ਆਰਡਰ ਆਉਣਗੇ ਉਹ ਉਸੇ ਉਸੇ ਆਰਡਰਾਂ ਦੇ ਆਪਾਂ ਚੱਲਾਂਗੇ, ਵਿਕਾਸ ਕਰਾਂਗੇ ਪਿੰਡ ਦਾ। ਅਸੀਂ ਪਿੰਡ ਲੋਪੋਗੇ ਦੇ ਸਰਪੰਚ ਸਰਦਾਰ ਜਸਕਰਨ ਸਿੰਘ ਜੀ, ਪੰਚਾਇਤ ਸਾਰੀ ਸਰਕਾਰੀਆ ਸਾਹਿਬ ਤੋਂ ਸਨਮਾਨ ਧੋਣ ਵਾਸਤੇ ਆਈ ਹੈ, ਜੋ ਕਿ 1982 ਤੋਂ ਲੈ ਕੇ 21 ਪਰਿਵਾਰ ਵਿੱਚ ਧੱਕੇ ਨਾਲ ਉਹਨਾਂ ਨੱਪੀ ਸੀ ਸਰਪੰਚ। ਬੜੇ ਸੰਗਤਾਂ ਦੇ ਸਹਿਯੋਗ ਨਾਲ ਬਾਹਰ ਆਈ ਹੈ ਅਤੇ ਵਿਕਾਸ ਪੱਖੋਂ ਪਿੰਡ ਬਹੁਤ ਪਛੜਿਆ ਹੋਇਆ, ਜੋ ਕਿ ਜੋ ਦੋ ਵਾਰਾਂ ਲੋਪੋ ਕੇ ਪਿੰਡ ਦਾ MLA ਬਾਦਲ ਦਲ ਦਾ ਪਿੰਡ ਮਤਲਬ ਅੱਧਾ ਡੁੱਬਾ ਹੋਇਆ, ਕੋਈ ਵਿਕਾਸ ਨਹੀਂ ਕੀਤਾ, ਕਰੋੜਾਂ ਰੁਪਈਏ ਦੀ ਗ੍ਰਾਂਟ ਜਿਹੜੀ ਉਹ ਖਪਾ ਦਫਾ ਕਰ ਗਿਆ। ਲੋਕਤੰਤਰ ਦਾ ਪਿਛਲੇ ਸਮੇਂ 'ਚ ਉਹਨੇ ਬਹੁਤ ਘਾਣ ਕੀਤਾ, ਐਸੀ ਸਰਪੰਚੀ ਆਈ ਸੀ ਉਹਨੇ 5 ਸਾਲ ਕਿਸੇ ਨੂੰ ਦੱਸੀ ਨਹੀਂ, ਉਹ ਵੀ ਜਦੋਂ ਇਹ ਸਰਕਾਰ ਬਣੀ ਅਤੇ RTI ਪਾ ਕੇ ਕਢਵਾਈ, ਮਤਲਬ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ। ਬਹੁਤ ਉਤਸ਼ਾਹਿਤ ਕੀਤਾ ਹੈ ਮੰਤਰੀ ਸਾਹਿਬ ਨੇ, ਸੁੱਖ ਸਰਕਾਰੀਆ ਜੀ ਨੇ ਸਾਰੀ ਪੰਚਾਇਤ ਨੂੰ ਵੀ ਅਤੇ ਵਾਅਦਾ ਕੀਤਾ ਹੈ ਕਿ ਪਹਿਲੇ ਨੰਬਰ 'ਤੇ ਤੁਹਾਡਾ ਪਿੰਡ ਜਿਹੜਾ ਉਹ ਰਾਜਾਸਾਂ ਦੇ ਹਲਕੇ 'ਚ ਲਿਆਂਦਾ ਜਾਊਗਾ ਵਿਕਾਸ ਪੱਖੋਂ। ਅਤੇ ਇਸ ਕਰਕੇ ਸਾਰੇ ਪਿੰਡ ਦੀ ਪੰਚਾਇਤ ਬਹੁਤ ਹੀ ਉਤਸ਼ਾਹਿਤ ਹੈ ਜੀ, ਮਤਲਬ 11 ਦੇ 11 ਹੀ ਮੈਂਬਰ ਸਾਰੇ ਆਏ ਆ ਜੀ। ਮੈਂਬਰ ਰਛਪਾਲ ਸਿੰਘ ਜੀ, ਪਿਛੋਰਾ ਸਿੰਘ ਜੀ, ਹਾਂਜੀ। ਇਹ ਪੰਚਾਇਤ ਜਗ ਡੋਗਰਾਂ ਦੀ, ਸਾਡਾ ਮੁਕਾਬਲਾ ਬੜਾ ਸਖਤੀ ਨਾਲ ਹੋਇਆ ਅਤੇ ਸਾਡੀ ਇਹਨੂੰ ਬਣੀ। ਬਾਕੀ ਅਸੀਂ ਅੱਜ ਤੋਂ ਲੈ ਕੇ ਆ 5ਵੀਂ ਇਲੈਕਸ਼ਨ ਸਰਕਾਰੀ ਆ ਸਾਹਿਬ ਦੀ, ਇਸ ਪਾਰਟੀ ਨੂੰ ਵੋਟਾਂ ਪਾਉਂਦੇ। ਕੋਈ ਹੋਰ ਪੁੱਛਣਾ? ਹਾਂਜੀ, ਮੈਨੂੰ ਉੱਚਾ ਥੋੜ੍ਹਾ ਸੁਣੀਦਾ। ਵਿਕਾਸ ਜਿਹੜਾ ਅੱਗੇ ਜਿੰਨਾ ਜਦੋਂ ਚੇਅਰਮੈਨ ਬੜਾ ਕੀਤਾ, ਹੁਣ ਕਹਾਂ ਨਵਾਂ ਕਰਨ ਫੇਰ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਿੰਡ ਹੇਤਮਪੁਰਾ ਜੀ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਤੋਂ ਬਲਾਕ ਚਲਾਵਾਂ। ਹਾਂਜੀ, ਅਸੀਂ ਆਪਣੇ ਪਿੰਡ ਦੇ ਵਿੱਚ ਮੌਕਾ ਸਾਨੂੰ ਮਿਲਿਆ ਕਿ ਅਸੀਂ ਵੱਧ ਤੋਂ ਵੱਧ ਜਿੰਨੀ ਸੇਵਾ ਹੋ ਸਕੇ ਮਤਲਬ ਕਰਾਂਗੇ ਇਹਨਾਂ ਦੇ, ਸਰਕਾਰੀਆ ਸਾਹਿਬ ਦੇ ਕੈਬਨਿਟ ਮੰਤਰੀ ਦੇ ਸਹਿਯੋਗ ਦੇ ਨਾਲ, ਸ਼ੈਲੀ ਭਾਈ ਦੇ, ਅਤੇ ਵੱਧ ਤੋਂ ਵੱਧ ਅਸੀਂ ਵਿਕਾਸ ਦਾ ਕੰਮ ਕਰਾਂਗੇ, ਸਾਨੂੰ ਮੌਕਾ ਮਿਲਿਆ। ਨਰਿੰਦਰ ਸਿੰਘ ਮਾਤਾ ਸਾਡੀ ਸਰਪੰਚ ਬਣੀ, ਸਵਰਨ ਕੌਰ। ਮਾਨ ਸਮਾਨ ਤਾਂ ਬਣਦਾ ਹੀ ਆ ਜੀ, ਜਿਹੜੀਆਂ ਪੰਚਾਇਤਾਂ ਨਵੀਆਂ ਚੁਣ ਕੇ ਆਈਆਂ, ਤੁਹਾਨੂੰ ਪਤਾ ਮੈਂ ਤਾਂ ਇਲੈਕਸ਼ਨ ਦਾ ਪ੍ਰੋਸੈਸ ਜਦੋਂ ਦਾ ਸ਼ੁਰੂ ਸੀਗਾ ਬਹੁਤਾ ਕੋਈ ਦਖਲਅੰਦਾਜ਼ੀ ਨਹੀਂ ਕੀਤੀ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਪਿੰਡਾਂ ਦੇ ਲੋਕ ਫੈਸਲਾ ਕਰਨ, ਔਰ ਜਿਨ੍ਹਾਂ ਨੂੰ ਸਮਝਦੇ ਆ ਕਿ ਪਿੰਡ ਦੀ ਜੋ ਅਗਵਾਈ ਕਰ ਸਕਦੇ ਉਹ ਸਰਪੰਚ ਬਣਨ, ਮੈਂਬਰ ਬਣਨ, ਅਤੇ ਉਹ ਹੁਣ ਤਾਂ ਰਿਜ਼ਲਟ ਸਾਰੇ ਆ ਗਏ ਸੀ, ਅਤੇ ਮੈਂ ਅੱਜ ਉਹਨਾਂ ਨੂੰ ਵਧਾਈ ਦੇਣ ਦੇ ਲਈ ਇੱਥੇ ਆਇਆ ਸੀ, ਜੋ ਵੱਖ ਵੱਖ ਪਿੰਡਾਂ 'ਚੋਂ ਸਾਰੀਆਂ ਪੰਚਾਇਤਾਂ ਇੱਥੇ ਆਈਆਂ, ਮੈਂ ਵੀ ਉਹਨਾਂ ਨੂੰ ਵਧਾਈ ਦਿੱਤੀ। ਸਾਡੇ ਮੇਰਾ ਖਿਆਲ 40-42 ਆ ਜਿਹੜੀਆਂ ਸਰਬਸੰਮਤੀ ਨਾਲ ਬਣੀਆਂ, ਬਾਕੀ ਥਾਵਾਂ 'ਤੇ ਇਲੈਕਸ਼ਨ ਹੋਈ ਹੈ। ਦੇਖੋ ਵਿਕਾਸ ਮੇਰੀ ਅਤੇ ਬਾਅਦ 'ਚ ਹੁਣ ਇੱਕ ਵਾਰੀ ਵਧਾਈ ਦੇਣ ਤੋਂ ਬਾਅਦ ਮੀਟਿੰਗ ਕਰੂੰਗਾ ਸਾਰੀਆਂ ਪੰਚਾਇਤਾਂ ਨਾਲ, ਔਰ ਮੈਂ ਤਾਂ ਇਹੋ ਚਾਹੂੰਗਾ ਕਿ ਪਿੰਡਾਂ ਦੇ ਫੈਸਲੇ ਜਿਹੜੇ ਪਿੰਡਾਂ 'ਚ ਹੋਇਆ ਕਰਨ, ਜੋ ਵੀ ਕੁਝ ਸਮਾਂ ਪਹਿਲਾਂ ਹੁੰਦੇ ਸੀ, ਔਰ ਜੋ ਪਿੰਡ ਦੇ ਵਿਕਾਸ ਦੀ ਗੱਲ ਆ ਜਾਂ ਪਿੰਡਾਂ ਦੇ ਡਿਵੈਲਪਮੈਂਟ ਦੀ ਗੱਲ ਆ, ਉਹ ਸਾਡੇ ਨਾਲ ਗੱਲ ਕਰਨ, ਸਾਨੂੰ ਦੱਸਣ, ਔਰ ਉਹਦੇ 'ਚ ਕੋਈ ਪਾਰਸ਼ੈਲਿਟੀ ਨਹੀਂ ਕੀਤੀ ਜਾਊਗੀ। ਇਹ ਜ਼ਰੂਰੀ ਨਹੀਂ ਕਿ ਸਾਰੀਆਂ ਪੰਚਾਇਤਾਂ ਸਾਡੇ ਹਲਕੇ ਸਾਡੀਆਂ ਹੀ ਬਣੀਆਂ, ਕੁਝ ਅਕਾਲੀ ਦਲ ਦੀਆਂ ਵੀ ਬਣੀਆਂ, ਉਹਨਾਂ ਨੂੰ ਵੀ ਵਿਕਾਸ ਲਈ ਜੋ ਉਹਨਾਂ ਦੀ ਡਿਮਾਂਡ ਹੋਊਗੀ ਉਹ ਪੂਰੀ ਕਰਾਂਗੇ।